ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਤਾਂ ਮਿੱਤਰ ਪਿਆਰੋ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਕਣਕ ਦੀ ਫਸਲ ਦੇ ਵਿੱਚ ਜਲਦੀ ਤੀਲਾ ਮਾਰਨਾ ਜਾਂ ਜਲਦੀ ਮੈਚਿਓਰਿਟੀ ਵੱਲ ਨੂੰ ਹੋਣਾ ਜਾਂ ਜਲਦੀ ਨਸਾਰਾ ਹੋਣਾ। ਉਹਦੇ ਪੋਸੀਬਲ ਰੀਜ਼ਨ ਜਾਂ ਕਾਰਨ ਕੀ ਹੋ ਸਕਦੇ ਆ। ਤੇ ਉਹਦੀ ਆਪਾਂ ਰੋਕ ਥੰਮ ਕਿਸ ਤਰ੍ਹਾਂ ਕਰ ਸਕਦੇ ਆ ਪੋਸੀਬਲ ਕਾਰਨ ਤੇ ਉਹਦਾ ਇਲਾਜ ਹਰ ਜਗ੍ਹਾ ਇਹ ਹਰ ਇੱਕ ਖੇਤ ਦੇ ਵਿੱਚ ਹਰ ਇੱਕ ਕੰਡੀਸ਼ਨ ਦੇ ਵਿੱਚ ਇਹ ਅਪਲਾਈ ਨਹੀਂ ਹੁੰਦੇ ਪਰ ਤੁਸੀਂ ਆਪ ਦੀ ਫਸਲ ਦੇ ਵਿੱਚ ਇਹ ਦੇਖ ਸਕਦੇ ਆ ਕਿ ਇਹਦਾ ਕਾਰਨ ਇੰਨਾ ਚੁਰਲਦਾ ਮਿਲਦਾ ਜਾਂ ਨਹੀਂ ਕਣਕ ਦੀ ਜਲਦੀ ਤੀਲਾ ਮਾਰਨ ਦਾ ਕਾਰਨ ਹੈਗਾ ਦੋਸਤੋ ਮੁੱਖ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਕਈ ਵਾਰ ਕੀ ਹੁੰਦਾ ਕਿ ਵਿੱਚੋਂ ਕਿਤੇ ਕਿਤੇ ਜਿਹੜੀ ਹੈਗੀ ਆ ਤੱਕਲੇ ਕਣਕ ਚੜ ਜਾਂਦੀ ਜਾਂ ਕਹਦੇ ਆ ਕਿ ਗੋਭ ਦੇ ਵਿੱਚ ਆ ਜਾਂਦੀ ਹੈ ਸਿੱਟਨੇਆਂ ਤੇ ਜਲਦੀ ਆ ਜਾਂਦੀ ਹੈ। ਤਾਂ ਉਹਦੇ ਵਿੱਚ ਕਾਰਨ ਹੁੰਦਾ ਮੁੱਖ ਤੌਰ ਤੇ ਜਿਹੜਾ ਕਾਰਨ ਹੁੰਦਾ ਉਹ ਹੈਗਾ ਮੌਸਮ। ਹਾਈ ਟੈਂਪਰੇਚਰ ਰਹਿਣਾ। ਉੱਚ ਤਾਪਮਾ। ਤਾਂ ਜਿਵੇਂ ਪਿਛਲੇ ਦਿਨੀ ਵੀ ਹੁਣ ਮੌਸਮ ਹੈ ਕਿਉਂਕਿ ਕਣਕ ਦੀ ਫਸਲ ਦੇ ਵਿੱਚ ਜਿਹੜੀ ਜਦੋਂ ਆਪਾਂ ਬਜਾਈ ਕਰਦੇ ਹਾਂ ਤੇ ਉਦੋਂ ਫੁੱਟ ਲੈਂਦੀ ਉਦੋਂ ਵੀ ਟੈਂਪਰੇਚਰ ਥੋੜਾ ਜਿਹਾ ਗਰਮਿਆ ਹੋਈ ਰਹਿੰਦੀ ਹੈ। ਤੇ ਪੱਕਣ ਵੇਲੇ ਵੀ ਜਿਹੜਾ ਟੈਂਪਰੇਚਰ ਦਾ ਫਰਕ ਹੁੰਦਾ ਕਿ ਜਿਹੜੀ ਵਿੰਟਰ ਸੀਜ਼ਨ ਉਹ ਥੋੜਾ ਸੁੰਗੜ ਰਿਹਾ ਹੈ ਉਹਦੀ ਡਿਊਰੇਸ਼ਨ ਘਟ ਰਹੀ ਹੈ ਕਣਕ ਨੂੰ ਚਾਹੀਦੀ ਠੰਡ ਖਾਸ ਤੌਰ ਤੇ ਜਦੋਂ ਫੋਟ ਕਰਦੀ ਹੈ ਇਹਦੇ ਵਾਸਤੇ ਇੱਕ ਤਾਂ ਮੀਂਹ ਹਲਕਾ ਮੀਂਹ 2-4 ਦਿਨ ਜਦੋਂ ਫੋਟ ਕਰਦੀ ਹੈ ਉਦੋਂ ਪਵੇ ਤੇ ਕੋਰਾ ਫੋਟ ਦੌਰਾਨ ਬਹੁਤ ਜ਼ਿਆਦਾ ਠੰਡ ਚਾਹੀਦੀ ਹੈ ਆਮ ਤੌਰ ਤੇ ਕੀ ਹੈ ਕਿ ਹੁਣ ਜਿਹੜਾ ਕੋਰਾ ਜਦੋਂ ਫਸਲ ਗੋਪਚਿਆਂ ਨਸਾਰੇ ਤੇ ਜਾਂਦੀ ਉਦੋਂ ਕਈ ਵਾਰ ਕੋਰਾ ਪੈਂਦਾ ਉਦੋਂ ਉਹਦਾ ਫਾਇਦਾ ਨਹੀਂ ਹੁੰਦਾ ਉਦੋਂ ਉਹਦਾ ਨੁਕਸਾਨ ਹੁੰਦਾ ਜਦੋਂ ਫਲਾਵਰਿੰਗ ਤੇ ਹੈ ਜਾਂ ਜਦੋਂ ਦਾਣਾ ਭਰਨਾ ਜਾਂ ਜਦੋਂ ਨਿਸਰ ਰਹੀ ਹੈ ਉਦੋਂ ਨਹੀਂ ਉਹਦਾ ਫਾਇਦਾ ਹੁੰਦਾ ਕੋਰੇ ਦਾ ਜਾਂ ਠੰਡ ਦਾ ਫਾਇਦਾ ਹੁੰਦਾ ਜਦੋਂ ਫਸਲ ਫੋਟ ਦੇ ਵਿੱਚ ਕਿਉਂਕਿ ਫਿਰ ਫੋਟ ਦੇ ਦੌਰਾਨ ਜਦੋਂ ਕੋਰਾ ਪੈਂਦਾ ਤਾਂ ਉਹਦੀ ਜਿਹੜੀ ਹੈਗੀ ਹੈ ਲੰਬਾਈ ਵਧਣ ਨੂੰ ਰੋਕਦੀ ਹੈ ਤੇ ਫੋਟ ਲੈਂਦੀ ਹੈ ਜੇ ਉੱਚਤਾ ਮਾਰ ਰਹਿੰਦਾ ਤਾਂ ਉਹਦੇ ਨਾਲ ਫਸਲ ਜਿਹੜੀ ਜਲਦੀ ਮੈਚਿਓਰਿਟੀ ਚ ਆ ਸਕਦੀ ਹੈ ਦੂਸਰਾ ਪੋਸੀਬਲ ਰੀਜ਼ਨ ਹੋ ਸਕਦਾ ਹੈ ਹਲਕੀ ਜ਼ਮੀਨ ਜਿੱਥੇ ਤਤਾਂ ਦੀ ਘਾਟ ਹੈ ਜਾਂ ਬਹੁਤ ਭਾਰੀ ਜ਼ਮੀਨ ਜਿਹੜੀ ਆਪਾਂ ਕਹਿ ਦਈਏ ਕਿ ਚੀਕਣੀ ਜ਼ਮੀਨ ਜਿਹੜੀ ਗਿੱਲੀ ਘਾਰ ਵਾਂਗ ਹੋ ਜਾਂਦੀ ਤੇ ਸੁੱਕ ਕੇ ਪੱਥਰ ਬਣ ਜਾਂਦੀ ਜਦੋਂ ਉਹਦੇ ਵਿੱਚ ਮੋਇਸਚਰ ਘਟਦਾ ਤਾਂ ਪੂਰੀ ਸਖਤ ਹੋ ਜਾਂਦੀ ਹੈ ਬੂਟੇ ਦੀਆਂ ਜੜਾਂ ਵੀ ਕੁੱਟ ਜਾਂਦੀਆਂ ਬੂਟੇ ਪੂਰੇ ਤਤ ਨਹੀਂ ਲੈ ਪਾਉਂਦੇ ਤੇ ਉਹਦੇ ਨਾਲ ਤਤਾਂ ਦੀ ਘਾਟ ਖਾਸ ਤੌਰ ਤੇ ਬੂਟਾ ਜਦੋਂ ਸਟ੍ਰੈਸ ਚ ਆ ਜਾਂਦਾ ਤਾਂ ਫਿਰ ਉਹ ਵੀ ਮਚਿਓਰਟੀ ਅਲੋਂ ਜਲਦੀ ਚਲਾ ਜਾਂਦਾ ਖਾਸ ਤੌਰ ਤੇ ਕਿਉਂਕਿ ਨਾਈਟ੍ਰੋਜਨ ਫੁੱਟ ਬਾਸਤੇ ਚਾਹੀਦੀ ਹੈ ਤੇ ਜਿਹੜੀ ਜ਼ਿੰਕ ਜਾਂ ਸਲਫਰ ਜਾਂ ਪੋਟਾਸ਼ ਜਾਂ ਫਾਸਫੋਰਸ ਜਦੋਂ ਫਸਲ ਸਟ੍ਰੈਸ ਚ ਆ ਬੂਟਾ ਸਟ੍ਰੈਸ ਚ ਆਉਂਦਾ ਉਹ ਮਚਿਓਰਟੀ ਅਲੋਂ ਜਾਊਗਾ ਰਿਪਰੋਡਕਟਿਵ ਫੇਜ਼ ਅਲੋਂ ਜਾਊਗਾ ਜਲਦੀ ਆਪਦਾ ਜੀਵਨ ਚੱਕਰ ਪੂਰਾ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਹੁਣ ਆਪਾਂ ਜਿਵੇਂ ਰੇਤ ਲੀਆਂ ਜਮੀਨਾਂ ਜਿਹੜੀ ਸਪਲਟ ਚ ਨਾਈਟ੍ਰੋਜਨ ਪਾਉਣੀ ਚਾਹੀਦੀ ਹੈ ਯੂਰੀਗਾ ਖਾਦ ਆ ਜਿਹੜੀ ਉਹ ਤਿੰਨ ਵਾਰੀ ਪਾਓ ਤਾਂ ਚਾਰ ਵਾਰੀ ਵੀ ਪਾ ਸਕਦੇ ਕਿਉਂਕਿ ਜੇ ਇੱਕ ਵਜਾਈ ਟਾਈਮ ਥੋੜੀ ਥੋੜੀ ਪਾਤੀ ਤੇ ਫਿਰ ਆ ਗਈ ਆਪਣੀ ਪਹਿਲੇ ਪਾਣੀ ਤੇ ਉਸ ਤੋਂ ਬਾਅਦ ਜਿਵੇਂ ਪਹਿਲੇ ਪਾਣੀ ਤੋਂ ਪਹਿਲਾਂ ਹੋ ਗਈ ਮਗਰੋਂ ਹੋ ਗਈ ਤੇ ਇੱਕ ਦੂਜੇ ਪਾਣੀ ਤੇ ਹੋਗੇ ਜਿਹੜੀਆਂ ਚੀਕਣੀਆਂ ਬਹੁਤ ਸਖਤ ਜ਼ਮੀਨਾਂ ਉਹਦੇ ਵਿੱਚ ਕੋਸ਼ਿਸ਼ ਇਹ ਕਰੋ ਕਿ ਜਦੋਂ ਜੂਰ ਗਿਆ ਪਾਣੀ ਉਹਦੇ ਨਾਲ ਬੈਂਟੋਨਾਈਟ ਸਲਫਰ ਆਪਾਂ ਪਹਿਲੇ ਪਾਣੀ ਤੇ ਜਿਹੜਾ ਕਿ ਉਹਦੀ ਨਾਈਟ੍ਰੋਜਨ ਯੂਜ਼ ਯੂਜ਼ ਐਫੀਸ਼ੀਐਂਸੀ ਵਧਾਊਗਾ ਤੇ ਉਹਦੀ ਅਪਟੇਕ ਕਰਨ ਵਿੱਚ ਮਦਦ ਕਰੂ ਜਿਹੜੀਆਂ ਬਹੁਤ ਸਖਤ ਹੋ ਜਾਂਦੀਆਂ ਜ਼ਮੀਨਾਂ ਪਾਣੀ ਦੀ ਘਾਟ ਜਿਹੜੀ ਜਦੋਂ ਮੌਇਸਚਰ ਸਟ੍ਰੈਸ ਹੁੰਦੀ ਜਾਂ ਪਾਣੀ ਉਹਦੇ ਵਿੱਚ ਮੌਇਸਚਰ ਘਟਦਾ ਇੱਕ ਹੁੰਦਾ ਕਿ ਜਦੋਂ ਜ਼ਿੰਕ ਦੀ ਘਾਟ ਹੁੰਦੀ ਹੈ ਫਸਲ ਦੇ ਵਿੱਚ ਜ਼ਿੰਕ ਆਪਸਪਰੇਅਰ ਹੀ ਨਹੀਂ ਦਿੰਦੇ ਜਾਂ ਥੱਲੇ ਨਹੀਂ ਪਾਉਂਦੇ ਤਾਂ ਫਸਲ ਆ ਜਿਹੜੀ ਉਹ ਨਾਈਟ੍ਰੋਜਨ ਨੂੰ ਮੈਟਾਬੋਲਾਈਜ਼ ਨਹੀਂ ਕਰ ਪਾਉਂਦੀ ਤੇ ਮੈਟਾਬੋਲਾਈਜ਼ ਨਾ ਕਰ ਪਾਊਗੀ ਤਾਂ ਫਿਰ ਉਹਦੀ ਅਪਟੇਕ ਘਟ ਹੋਊਗੀ ਜਿੰਕ ਦੀ ਘਾਟ ਸਲਫਰ ਦੀ ਘਾਟ ਮੈਗਨੀਜ਼ ਦੀ ਘਾਟ ਇਹਨਾਂ ਦੀ ਘਾਟ ਦੇ ਵਿੱਚ ਜਿਹੜੀ ਉਹਦੀ ਨਾਈਟ੍ਰੋਜਨ ਯੂਜ਼ ਐਫੀਸ਼ੀਐਂਸੀ ਆ ਉਹ ਘਟ ਜਾਂਦੀ ਹੈ ਨਾਈਟ੍ਰੋਜਨ ਤੱਤ ਨੂੰ ਪੂਰਾ ਉਹ ਵਰਤ ਨਹੀਂ ਪਾਉਂਦੀ ਤਾਂ ਉਹਦੇ ਵਿੱਚ ਫਸਲ ਦੇ ਵਿੱਚ ਸਟ੍ਰੈਸ ਲੱਗਦੀ ਹੈ ਜਦੋਂ ਫਿਰ ਫਸਲ ਦੇ ਵਿੱਚ ਸਟ੍ਰੈਸ ਲੱਗਦੀ ਤਾਂ ਫਿਰ ਉਹ ਮੈਚਿਓਰਿਟੀ ਵੱਲ ਨੂੰ ਜਾਂਦੀ ਹੈ ਇਸ ਕਰਕੇ ਇੱਕ ਤਾਂ ਯੂਰਗ ਹੈ ਜਿਹੜੀ ਆਪਾਂ 55 ਦਿਨ ਤੇ ਖਤਮ ਕਰਨੀ ਹੈ 55 ਦਿਨ ਤੱਕ ਜ਼ਰੂਰਤ ਹੁੰਦੀ ਕਿਉਂਕਿ ਉਸ ਤੋਂ ਬਾਅਦ ਉਹਨੇ ਜਿਹੜੇ ਜੋਇੰਟਿੰਗ ਸਟੇਜ ਜਿਹੜੀ ਹੈ ਤੀਲੇ ਚੜਨਾ 60 ਕ ਦਿਨ ਦੇ ਜਾ ਕੇ ਜਾਂ ਬਾੜ ਦੇਣ ਦੇ ਜਾ ਕੇ ਫਿਰ ਗੋਚ ਆਉਂਦੀ ਹੈ ਤੇ ਫਿਰ ਉਹ ਜਿਹੜੀਆਂ ਨਸਾਰੇ ਤੇ ਹੁੰਦੀ ਹੈ ਦੂਸਰਾ ਕਿ ਜਿੰਕ ਮੈਗਨੀਜ਼ ਵਾਲੀਆਂ ਸਪਰੇਆਂ 2-3 ਜ਼ਰੂਰ ਕਰੋ ਜਿੱਥੇ ਬਹੁਤ ਸਖਤ ਜ਼ਮੀਨਾਂ ਚੀਕਣੀਆਂ ਜ਼ਮੀਨਾਂ ਉੱਥੇ ਤੁਸੀਂ ਯੂਰੀਆ ਦੇ ਨਾਲ ਸਲਫਰ ਇੱਕ ਵਾਰੀ ਜ਼ਰੂਰ ਪਾਓ ਪਹਿਲੇ ਪਾਣੀ ਦੇ ਪਾ ਲੋ ਜਾਂ ਬਜਾਈ ਟਾਈਮ ਜੇ ਤੁਸੀਂ ਜੈਪਸਮ ਵਗੈਰਾ ਪਾਈ ਤਾਂ ਉਹ ਪਾ ਸਕਦੇ ਆ ਤੇ ਪੋਟਾਸ਼ ਤੱਤ ਦੀ ਘਾਟ ਨਾ ਆਵੇ ਪੋਟਾਸ਼ ਤੱਤ ਜ਼ਰੂਰ ਤੁਹਾਡਾ ਬੈਸਲਡੋ ਜਾਂ ਪਹਿਲੇ ਪਾਣੀ ਦੇ ਜੇ ਬੇਸਲੂਏ ਨਹੀਂ ਪਈ ਤਾਂ ਪਹਿਲੇ ਪਾਣੀ ਤੇ ਤੇ ਫਾਸਫੋਰ ਸਤਤਾ ਜਿਹੜਾ ਡੀਏਪੀ ਉਹ ਤਾਂ ਆਪਾਂ ਪੂਰਾ ਪਾ ਹੀ ਦਿੰਨੇ ਆ ਸੋ ਤੱਤਾਂ ਦੀ ਘਾਟ ਫਸਲ ਦੇ ਵਿੱਚ ਨਹੀਂ ਹੋਣੀ ਚਾਹੀਦੀ ਤੇ ਮੌਸਮ ਤਾਂ ਕੁਦਰਤੀ ਹੁਣ ਜਿਹੜਾ ਹੈਗਾ ਧੁੰਦ ਕਿਸਾਨ ਵੀਰੋ ਜਿਹੜੀ ਕੱਲ੍ਹ ਦੇ ਪੈਣੀ ਸ਼ੁਰੂ ਹੋ ਗਈ ਹੈ ਜਿਹੜੀ ਇਹ ਧੁੰਦ ਪੈ ਰਹੀ ਆ ਜਾਂ ਟੈਂਪਰੇਚਰ ਡਾਊਨ ਆ ਤੂੰ ਦੁਪਹਿਰ ਹੀ ਲਗਾਤਾਰ ਧੁੰਦ ਪਾਊਗੀ ਇੱਕਦਮ ਟੈਂਪਰੇਚਰ ਜਿਹੜਾ ਡਾਊਨ ਆਊਗਾ ਇਸ ਤੋਂ ਬਾਅਦ ਫਿਰ ਆ ਮੀਂਹ ਦੇ आसार ਵੀ ਬਣ ਜਾਂਦੇ ਆ ਮੀਂਹ ਪਾਊਗਾ ਫਿਰ ਠੰਡ ਵਧੂਗੀ ਹੁਣ ਧੁੰਦ ਨਾਲ ਵੀ ਟੈਂਪਰੇਚਰ ਜਿਹੜਾ ਡਾਊਨ ਆ ਗਿਆ ਇਹ ਦਾ ਜਿਹੜਾ ਹੈਗਾ ਇਹ ਫਸਲ ਦੇ ਬਾਰੇ ਨੇ ਹਰੇ ਕਰੂਗੀ ਫਸਲ ਆ ਜਿਹੜੀ ਉਹ ਉਹਦੀ ਡਿਊਰੇਸ਼ਨ ਜਿਹੜੀ ਹੈਗੀ ਆ ਰੀਪਰੋਡਕਟਿਵ ਫੇਸ ਤੇ ਛੇਤੀ ਨਹੀਂ ਜਾਂਦੀ ਵੈਜੀਟੇਟਿਵ ਗਰੋਥ ਵਧਿਆ ਕਰਦੀ ਆ ਤਾਂ ਇਹ ਜਿਹੜੀ ਹੈਗੀ ਆ ਪੂਰਾ ਇੱਕ ਫਸਲ ਦੇ ਵਾਸਤੇ ਇੱਕ ਸੰਜੀਵਨੀ ਬੂਟੀ ਜਾਂ ਆਪਾਂ ਕਹਦੇ ਆ ਕਿ ਬਹੁਤ ਵਧੀਆ ਨਾ ਜਿਹੜਾ ਲੋ ਟੈਂਪਰੇਚਰ ਆ ਫਸਲ ਦੀ ਫੋਟ ਵਾਸਤੇ ਝਾੜ ਵਾਸਤੇ ਇੱਕ ਚੰਗੀ ਜਿਹੜੀ ਹੈਗੀ ਇੰਡੀਕੇਸ਼ਨ ਆ ਪ੍ਰਮਾਤਮਾਗੇ ਅਰਦਾਸ ਆ ਕਿ ਚੰਗੀ ਵਧੀਆ ਹੁਣ ਜਿਹੜੀ ਹੈਗੀ ਠੰਡ ਪਵੇ ਤਾਂ ਜੇ ਠੰਡ 4 ਦਿਨ ਪਊਗੀ ਚੰਗੀ ਕੋਰਾ ਪਊਗਾ ਤਾਂ ਫੇਰ ਜਿਹੜਾ ਫਸਲ ਦਾ ਝਾੜ ਆਪਾਂ ਚੰਗੇ ਲੈਣ ਦੀ ਆਸ ਕਰ ਸਕਦੇ ਹਾਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ